ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਜਿਹਦਾ ਨਾਮ ਹੈ ਜੀ ਰੀਅਲ ਵਲੌਗਰ ਤੇ ਅੱਜ ਆਪਾਂ ਤੁਹਾਡੇ ਲਈ ਇੱਕ ਬੜੀ ਹੀ ਖਾਸ ਵੀਡੀਓ ਲੈ ਕੇ ਪੇਸ਼ ਹੋਏ ਹਾਂ ਜਿਹਦੇ ਵਿੱਚ ਆਪਾਂ ਇੱਕ ਫਲਿੱਪਕਾਰਟ ਤੋਂ ਆਈਟਮ ਮੰਗਵਾਈ ਸੀ ਜੀ ਨੁਆਇਸ ਦੇ ਏਅਰਬੋਡਸ ਮੰਗਵਾਏ ਸੀ ਜਿਹੜੇ ਕਿ ਬਿਗ ਬਿਲੀਅਨ ਡੇਸ ਤੋਂ ਮੰਗਵਾਏ ਤੇ ਸਾਨੂੰ ਮਤਲਬ ਬੜੇ ਹੀ ਸਸਤੇ ਰੇਟ ਤੇ ਮਿਲੇ ਹੁਣ ਤਾਂ ਜਿੱਦਾਂ ਬਿਗ ਬਿਲੀਅਨ ਡੇਸ ਖਤਮ ਹੋ ਗਈ ਆ ਤੇ ਰੇਟ ਉਹਦਾ ਉਹਨਾਂ ਨੇ ਇਨਕਰੀਜ਼ ਕਰਤਾ ਆ ਤੇ ਸਾਡਾ ਜਿਹੜਾ ਪ੍ਰੋਡਕਟ ਹੁਣੇ ਹੁਣੇ ਆਇਆ ਤੇ ਆਪਾਂ ਸੋਚਿਆ ਵੀ ਚਲੋ ਤੁਹਾਨੂੰ ਵੀਡੀਓ ਬਣਾ ਕੇ ਤੇ ਉਹਦੇ ਬਾਰੇ ਸਾਰਾ ਇੱਕ ਰਿਵਿਊ ਦਈਏ ਕਿ ਕਿੱਦਾਂ ਦੀ ਡਿਲੀਵਰੀ ਉਹਨਾਂ ਦੀ ਮਤਲਬ ਜਿਹੜਾ ਸ਼ਿਪਮੈਂਟ ਦਾ ਜਿੱਦਾਂ ਆਪਣਾ ਐਕਸਪੀਰੀਅੰਸ ਰਿਹਾ ਡਿਲੀਵਰੀ ਦਾ ਤੇ ਆਪਣਾ ਜਿਹੜਾ ਪ੍ਰੋਡਕਟ ਆ ਉਹਦੇ ਵਿੱਚ ਐਕਚੁਅਲ 'ਚ ਹੈਗਾ ਵੀ ਆ ਕਿ ਨਹੀਂ ਕਿਉਂਕਿ ਪਿੱਛੇ ਜੇ ਮੈਂ ਇੱਕ ਨਿਊਜ਼ ਸੁਣੀ ਸੀ ਵੀ ਕਿਸੇ ਨੇ ਆਈਫੋਨ 12 ਮੰਗਵਾਇਆ ਸੀ ਤੇ ਉਹਦੇ ਵਿੱਚ ਸਾਬਣ ਨਿਕਲਿਆ ਤੇ ਆਪਾਂ ਨਹੀਂ ਚਾਹੁੰਦੇ ਵੀ ਸਾਡੇ ਨਾਲ ਵੀ ਇੱਦਾਂ ਹੋਵੇ ਤੇ ਆਪਾਂ ਇਸ ਤੋਂ ਪਹਿਲਾਂ ਚੈੱਕ ਕਰ ਲਈਏ ਚੰਗੀ ਤਰ੍ਹਾਂ ਵੀਡੀਓ ਬਣਾ ਕੇ ਤੇ ਬਣੇ ਰਹੋ ਸਾਡੀ ਵੀਡੀਓ ਦੇ ਨਾਲ ਤੇ ਆਪਾਂ ਕਰਦੇ ਹਾਂ ਜੀ ਹੁਣ ਅਨਬੋਕਸਿੰਗ ਆਪਣੇ ਪ੍ਰੋਡਕਟ ਦੀ ਸੋ ਦੋਸਤੋ ਆਹ ਆਪਣਾ ਬੋਕਸ ਆ ਮੈਂ ਕਿਹਾ ਇੱਕ ਵਾਰੀ ਚੈੱਕ ਕਰਕੇ ਵੇਖ ਲਈਏ ਇਹਦੇ ਵਿੱਚ ਹੈਗੇ ਵੀ ਆ ਕਿ ਨਹੀਂ ਤੇ ਚਲੋ ਹੁਣ ਆਪਾਂ ਕਰਦੇ ਹਾਂ ਜੀ ਆਪਣੀ ਅਨਬੋਕਸਿੰਗ ਵੇਖੋ ਜੀ ਆਪਾਂ ਹੁਣ ਪਹਿਲਾਂ ਇੱਥੋਂ ਇਹਦੀ ਕਰਾਂਗੇ ਜੀ ਸੀਲ ਬ੍ਰੇਕ ਚਾਕੂ ਵੀ ਖਰੇ ਆਪਣਾ ਉੱਦਾਂ ਹੀ ਖਤਰਨਾਕ ਜਿਹਾ ਹੀ ਆ ਆਹ ਵੇਖੋ ਜੀ ਇੱਥੋਂ ਹੁਣ ਆਪਾਂ ਕਰੀਏ ਜੀ ਆਪਣੀ ਅਨਬੋਕਸਿੰਗ ਅਤੇ ਦੇਖੀਏ ਆਪਣਾ ਪ੍ਰੋਡਕਟ ਹੈਗਾ ਜੀ ਹੈਗਾ ਹੈਗਾ ਆਹ ਵੇਖੋ ਹੈਗਾ ਅੰਦਰ ਲਓ ਜੀ ਆਪਣੇ ਇਹ ਹੈਗੇ ਆ ਜੀ ਨੁਆਇਸ ਦੇ ਏਅਰਬਡਸ ਮਿਨੀ ਇੱਕ ਇਹਦਾ ਉੱਪਰ ਮਾਡਲ ਵੀ ਆਉਂਦਾ ਆ ਉਹ ਏਅਰਪੋਰਟਸ ਆ ਸ਼ਾਇਦ ਏਅਰਡੋਪਸ ਪਤਾ ਨਹੀਂ ਇੱਦਾਂ ਹੀ ਕੁਛ ਕਹਿੰਦੇ ਉਹਨੂੰ ਪਰ ਇਹ ਆਪਾਂ ਜਿਹੜਾ ਮੰਗਵਾਇਆ ਜੀ ਇਹ ਏਅਰਬਡਸ ਮਿਨੀ ਆ ਅਤੇ ਸਾਨੂੰ ਜੋ ਇਹਦੀ ਕੋਸਟ ਪਈ ਆ ਜੀ ਬਿਗ ਬਿਲੀਅਨ ਡੇਸ ਵਿੱਚ ਉਹ ਪਈ ਆ 895 895 ਰੁਪਏ ਬਟ ਜੇ ਤੁਸੀਂ ਹੁਣ ਜਾ ਕੇ ਇਹਨੂੰ ਪਰਚੇਸ ਕਰੋਗੇ ਤੁਹਾਨੂੰ ਪਊਗਾ ਜੀ 1499 ਰੁਪਏ ਦਾ ਅਪਰੋਕਸੀਮੇਟ 1500 ਦਾ ਤੁਹਾਨੂੰ ਪਊਗਾ ਜੀ ਅਤੇ ਆ ਜਾਓ ਹੁਣ ਆਪਾਂ ਇਹਦੀ ਵੀ ਅਨਬੋਕਸਿੰਗ ਕਰਕੇ ਵੇਖਦੇ ਹਾਂ ਜੀ ਆਹ ਸਾਡੇ ਹੈੱਡਫੋਨਸ ਆ ਤੁਸੀਂ ਦੇਖ ਸਕਦੇ ਹਾਂ ਅਤੇ ਬਹੁਤ ਵਧੀਆ ਜਿਹੜਾ ਪੈਕੇਜਿੰਗ ਦੇ ਵਿੱਚ ਆਇਆ ਸੀ ਫਲਿੱਪਕਾਰਟ ਦੀ ਪੈਕੇਜਿੰਗ ਨੂੰ ਆਪਾਂ 10 ਤੋਂ 10 ਪੁਆਇੰਟ ਦੇਵਾਂਗੇ ਚਲੋ ਜੀ ਆ ਜਾਓ ਖੋਲਦੇ ਹਾਂ ਇੱਥੋਂ ਆਪਾਂ ਸੀਲਡ ਬ੍ਰੇਕ ਕਰਾਂਗੇ ਇਹਦੀ ਇੱਥੋਂ ਹੀ ਸ਼ਾਇਦ ਹਾਂਜੀ ਹਾਂਜੀ ਇੱਥੋਂ ਹੀ ਸੋ ਬੜੀ ਮੁਸ਼ਕਲ ਦੇ ਬਾਅਦ ਆਪਾਂ ਡੱਬਾ ਖੋਲ ਲਿਆ ਡੱਬਾ ਵੀ ਸਾਡੇ ਕੋਲ ਵੇਖੋ ਫਟ ਗਿਆ ਅਤੇ ਆਹ ਵੇਖੋ ਜੀ ਹੁਣ ਆਪਾਂ ਕੱਢਾਂਗੇ ਜੀ ਆਪਣੇ ਏਅਰਬਡਸ ਤੁਸੀਂ ਦੇਖ ਸਕਦੇ ਹੋ ਜਿਵੇਂ ਲਓ ਜੀ ਇਹ ਆਪਣੇ ਆ ਗਏ ਜੀ ਏਅਰਬਡਸ ਪਤਾ ਨਹੀਂ ਸਿੱਧੇ ਕਿਹੜੇ ਪਾਸੇ ਹੋ ਪਰ ਕੋਈ ਗੱਲ ਨਹੀਂ ਆਪਾਂ ਦੇਖ ਲਾ ਸੋ ਦੋਸਤੋ ਆ ਆਪਣੀ ਹੈਗੀ ਆ ਜੀ ਕੇਬਲ ਬੋ ਆਪਾਂ ਦੂਸਰੇ ਕੰਟੈਂਟ ਬਾਅਦ ਬਾਹਰ ਵੀ ਜਾਂਦੇ ਹਾਂ ਪਹਿਲਾਂ ਆਪਾਂ ਤੁਹਾਨੂੰ ਕੇਬਲ ਦੀ ਕੁਆਲਿਟੀ ਦਿਖਾਵਾਂਗੇ ਜੀ ਵੀ ਕੇਬਲ ਦੀ ਕੁਆਲਿਟੀ ਕਿੱਦਾਂ ਦੀ ਆ ਸੋ ਦੋਸਤੋ ਇਹ ਹੈਗੀ ਆ ਜੀ ਇੱਕ USB ਟਾਈਪ 2 USB A ਕੇਬਲ ਅਤੇ ਉਸ ਤੋਂ ਬਾਅਦ ਆਪਾਂ ਨੂੰ ਇੱਕ ਬੜੇ ਹੀ ਸੋਹਣੇ ਜੀ ਪੈਕੇਜਿੰਗ ਦੇ ਵਿੱਚ ਮਿਲਦਾ ਆ ਜੀ ਆਪਣੇ ਏਅਰਬਡਸ ਮਿਨੀ ਆਹ ਵੇਖੋ ਜੀ ਆਪਣੇ ਏਅਰਬਡਸ ਮਿਨੀ ਅਤੇ ਆਪਾਂ ਇਹਨਾਂ ਨੂੰ ਤੁਹਾਨੂੰ ਹੁਣੇ ਫੋਨ 'ਤੇ ਕਨੈਕਟ ਕਰਕੇ ਅਤੇ ਸੋ ਦੋਸਤੋ ਜਿਵੇਂ ਆਹ ਹੈਗੇ ਸਾਡੇ ਏਅਰਪੋਰਟਸ ਅਤੇ ਆਹ ਥੋੜ੍ਹੀ ਜਿਹੀਆਂ ਕੁਛ ਗਿਆਨ ਦੀਆਂ ਗੱਲਾਂ ਜਿਹੜੀਆਂ ਸਾਡੀ ਕਿਸੇ ਕੰਮ ਦੀਆਂ ਨਹੀਂ ਹੈਗੀਆਂ ਕਿਉਂਕਿ ਸਾਨੂੰ ਪਤਾ ਕਿੱਦਾਂ ਕਨੈਕਟ ਕਰੀਦੇ ਅਤੇ ਕਿੱਦਾਂ ਚੱਲਦੇ ਆ ਅਤੇ ਆਪਾਂ ਇਹਨੂੰ ਕਰੀਏ ਸਾਈਡ 'ਤੇ ਆ ਸਾਰਾ ਕੰਟੈਂਟ ਕਰੀਏ ਆਪਾਂ ਸਾਈਡ 'ਤੇ ਅਤੇ ਆਈਏ ਆਪਣੀ ਮੇਨ ਯੂਨਿਟ ਵੱਲ ਹੁਣ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਪੈਕਿੰਗ ਕੀਤੀ ਪਰ ਆਪਾਂ ਹੈਗੇ ਦੇਸੀ ਬੰਦੇ ਤਾਂ ਆਪਾਂ ਨੂੰ ਨਹੀਂ ਖੋਲਣੀ ਆ ਰਹੀ ਗੱਲ ਵੱਖਰੀ ਆ ਪਰ ਕੋਈ ਗੱਲ ਨਹੀਂ ਆਪਾਂ ਕੋਸ਼ਿਸ਼ ਕਰਾਂਗੇ ਜੀ ਆਹ ਦੇਖੋ ਜੀ ਇੱਥੋਂ ਖੁੱਲਦਾ ਆ ਆਪਾਂ ਇੱਕ ਵਾਰੀ ਸਾਰਾ ਇਹਨੂੰ ਨਾ ਓਪਨ ਕਰ ਲਈਏ ਡਿੱਗਣ ਲੱਗਾ ਸੀ ਪਰ ਬਚ ਗਿਆ ਕੋਈ ਗੱਲ ਨਹੀਂ ਚਲੋ ਇੱਕ ਵਾਰੀ ਸਾਰਾ ਇਹਨੂੰ ਓਪਨ ਕਰਕੇ ਵੇਖ ਲਈਏ ਅਤੇ ਪਲਾਸਟਿਕ ਬਹੁਤ ਲੱਗੀ ਆ ਜੀ ਲਓ ਜੀ ਆਹ ਹੈਗੇ ਆ ਸਾਡੇ ਏਅਰਬਡਸ ਮਿਨੀ ਮਤਲਬ ਡਿਜ਼ਾਈਨ ਵਾਈਜ਼ ਵੇਖੀਏ ਤਾਂ ਬਹੁਤ ਜ਼ਿਆਦਾ ਸੋਹਣੇ ਆ ਜੀ ਕਿਊਟ ਜਿਹੇ ਹੈਗੇ ਆ ਏਅਰਪੋਰਟਸ ਬਹੁਤ ਵਧੀਆ ਅੰਦਰ ਦੇ ਕੰਟੈਂਟ ਦੀ ਆਪਾਂ ਜੇ ਗੱਲ ਕਰੀਏ ਜੇ ਆਪਾਂ ਬੋਕਸ ਓਪਨ ਕਰੀਏ ਤੇ ਆਹ ਵੇਖੋ ਜੀ ਇਹ ਹੈਗੇ ਆਪਣੇ ਏਅਰਬਡਸ ਮਿਨੀ ਆਹ ਤੁਸੀਂ ਦੇਖ ਸਕਦੇ ਆ ਜੀ ਇਹਦੇ 'ਤੇ ਵੀ ਪਲਾਸਟਿਕ ਲੱਗੀ ਆ ਲਿਖਿਆ ਜੀ ਰਿਮੂਵ ਦਾ ਬਿਫੋਰ ਰਿਮੂਵ ਦੀ ਮੀ ਬਿਫੋਰ ਅਤੇ ਆਹ ਦੇਖੋ ਜੀ ਬਹੁਤ ਸੋਹਣੇ ਆ ਦੋਵੇਂ ਆਪਣੇ ਏਅਰਬਡਸ ਤੁਸੀਂ ਦੇਖ ਸਕਦੇ ਆ ਜੀ ਹੁਣ ਆਪਾਂ ਤੁਹਾਨੂੰ ਇਹਨੂੰ ਕਨੈਕਟ ਕਰਕੇ ਤੁਹਾਨੂੰ ਇਹਦੀ ਕੁਆਲਿਟੀ ਸੁਣਾਵਾਂਗੇ ਵੀ ਇਹਦੀ ਕੁਆਲਿਟੀ ਕਿੱਦਾਂ ਦੀ ਆ ਉਸ ਤੋਂ ਪਹਿਲਾਂ ਜੇ ਆਪਾਂ ਪਲਾਸਟਿਕ ਦੀ ਗੱਲ ਕਰੀਏ ਤਾਂ ਕੁਆਲਿਟੀ ਬਾਰੇ ਗੱਲ ਕਰੀਏ ਇੱਦਾਂ ਵੀ ਨਹੀਂ ਕਹਿ ਸਕਦੇ ਵੀ ਬਹੁਤ ਜ਼ਿਆਦਾ ਵਧੀਆ ਹੈ ਅਤੇ ਬਹੁਤ ਜ਼ਿਆਦਾ ਮਾੜੀ ਵੀ ਹੈ ਨਹੀਂ ਮਤਲਬ ਇੱਕ ਮੀਡੀਅਮ ਰੇਂਜ ਦੇ ਵਿੱਚ ਕੁਆਲਿਟੀ ਆ ਮਤਲਬ ਇੱਕ ਪ੍ਰਾਈਸ ਪੁਆਇੰਟ ਦੇ ਹਿਸਾਬ ਨਾਲ ਵੇਖੀਏ ਤਾਂ ਬਹੁਤ ਸੋਹਣੇ ਏਅਰਬਡਸ ਆ ਅਤੇ ਉਸ ਤੋਂ ਬਾਅਦ ਹੁਣ ਤੁਹਾਨੂੰ ਕੁਆਲਿਟੀ ਸੁਣਾਵਾਂਗੇ ਥੱਲੇ ਇਹਦੇ ਜਿੱਦਾਂ ਇਹਦਾ ਕਰੀਏ ਤਾਂ ਚਾਰਜਿੰਗ ਲੱਗ ਜਾਂਦੇ ਆ ਆਹ ਇਹਦਾ ਜੀ ਚਾਰਜਿੰਗ ਪੋਰਟ ਆ ਟਾਈਪ ਸੀ ਚਾਰਜਿੰਗ ਪੋਰਟ ਆ ਇਹ ਬਹੁਤ ਵਧੀਆ ਗੱਲ ਆ ਵੀ ਇੰਨੇ ਪ੍ਰਾਈਸ ਪੁਆਇੰਟ 'ਚ ਆਪਾਂ ਨੂੰ ਟਾਈਪ ਸੀ ਚਾਰਜਿੰਗ ਪੋਰਟ ਵੇਖਣ ਨੂੰ ਮਿਲ ਰਿਹਾ ਸੋ ਗਿਆਨ ਦੀਆਂ ਗੱਲਾਂ ਵਿੱਚ ਦੋਸਤੋ ਆਪਾਂ ਨੂੰ ਇੱਕ ਚੀਜ਼ ਹੋਰ ਦੇਖਣ ਨੂੰ ਮਿਲੀ ਜੀ ਇਹਨਾਂ ਨੇ ਸਟੀਕਰ ਵੀ ਦਿੱਤੇ ਆਪਾਂ ਨੂੰ ਦੇਖੋ ਸੋਹਣੇ ਸੋਹਣੇ ਸਟੀਕਰ ਦਿੱਤੇ ਲਿਖਿਆ ਵੀ ਸੁਣੋ ਦਿਲ ਕਾ ਸ਼ੋਰ ਅਤੇ ਆਹ ਸੋਹਣੇ ਸੋਹਣੇ ਸਟੀਕਰ ਆ ਅਤੇ ਇੱਕ ਆ ਵਾਰੰਟੀ ਕਾਰਡ ਵੀ ਹੈਗਾ ਦੋਸਤੋ ਆਹ ਬਾਰਕੋਡ ਤੁਸੀਂ ਸਕੈਨ ਕਰਕੇ ਅਤੇ ਜਿਹੜਾ ਤੁਹਾਨੂੰ ਫਲਿੱਪਕਾਰਟ ਨੇ ਬਿੱਲ ਭੇਜਿਆ ਹੋਊਗਾ ਉਹ ਬਿੱਲ ਦੀ ਕਾਪੀ ਅਪਲੋਡ ਕਰਕੇ ਤੁਸੀਂ ਆਪਣੀ ਜਿਹੜੀ ਵਾਰੰਟੀ ਆ ਉਹ ਨੁਆਇਸ ਦੇ ਨਾਲ ਔਨਲਾਈਨ ਰਜਿਸਟਰ ਵੀ ਕਰ ਸਕਦੇ ਹਾਂ ਕਿਉਂਕਿ ਇਹਦੇ ਨਾਲ ਇੱਕ ਸਾਲ ਦੀ ਵਾਰੰਟੀ ਆਉਂਦੀ ਆ
ਤੇ ਆ ਥੋੜੀ ਜਿਹੀ ਆਪਾਂ ਗੱਲ ਕਰੀਏ ਬਾਕਸ ਬਾਰੇ। ਤੇ ਇਹਦਾ ਦੋਸਤੋ ਜਿਹੜਾ ਬੈਟਰੀ ਬੈਕਅਪ ਹੈਗਾ ਆ ਉਹ ਹੈਗਾ ਆਪਣਾ ਕੋਈ 4-5 ਘੰਟਿਆਂ ਦਾ ਬੈਟਰੀ ਬੈਕਅਪ ਆ। ਤੇ ਇਹਦੇ ਵਿੱਚ ਜਿਹੜਾ ਡਰਾਈਵਰਸ ਜਿਹੜੇ ਉਹਨਾਂ ਨੇ ਦਿੱਤੇ ਆ ਜੀ 14.2 mm ਦੇ ਸਾਊਂਡ ਡਰਾਈਵਰ ਆ ਜਿਹੜੇ ਇੱਕ ਬਹੁਤ ਹੀ ਵਧੀਆ ਸਾਊਂਡ ਕੁਆਲਿਟੀ ਨੂੰ ਪ੍ਰੋਡਿਊਸ ਕਰਦੇ ਆ। ਜਦੋਂ ਤੁਸੀਂ ਆਪਣੇ ਹੈੱਡਫੋਨਸ ਆਪਣੇ ਕੰਨਾਂ ਦੇ ਵਿੱਚ ਲਾਓਗੇ ਤੇ ਕੋਈ ਵੀ ਗਾਣਾ ਪਲੇ ਕਰੂੰਗੇ ਤੁਹਾਨੂੰ ਇੱਕ ਵਧੀਆ ਬੈਟਰ ਸਾਊਂਡ ਕੁਆਲਿਟੀ ਦੇਖਣ ਨੂੰ ਮਿਲੂਗੀ। ਇਹ ਨਹੀਂ ਵੀ ਹੋਊਗਾ ਕਿ ਤੁਹਾਡੀ ਆਵਾਜ਼ ਫਟੂਗੀ ਜਾਂ ਤੁਸੀਂ ਜਦੋਂ ਕਾਲਿੰਗ ਤੁਹਾਨੂੰ ਕਨੈਕਟੀਵਿਟੀ ਦੇ ਵਿੱਚ ਕੋਈ ਫਰਕ ਦੇਖਣ ਨੂੰ ਮਿਲੂਗਾ। ਬਹੁਤ ਸੋਹਣੇ ਡਰਾਈਵਰਸ ਇਹਦੇ ਵਿੱਚ ਇੰਸਟਾਲ ਆ, ਫੁੱਲ ਟੱਚ ਕੰਟਰੋਲ ਆ। ਜਿੱਦਾਂ ਐਪਲ ਦੇ ਏਅਰਪੋਰਟਸ 'ਤੇ ਆਪਾਂ ਜਦੋਂ ਏਅਰ ਚਲਾਉਂਦੇ ਹਾਂ ਤਾਂ ਆਪਾਂ ਡਬਲ ਟੈਪ ਕਰਦੇ ਹਾਂ ਅਤੇ ਉਹ ਆਪਾਂ ਨੂੰ ਜਿੱਦਾਂ ਪੌਜ਼ ਹੋ ਜਾਂਦੇ ਆ ਜਾਂ ਕਾਲ ਕੱਟ ਹੋ ਜਾਂਦੀ ਆ, ਉਹ ਵੀ ਸਾਰਾ ਸਿਸਟਮ ਇਹਦੇ ਵਿੱਚ ਹੈਗਾ ਆ। ਹਾਈਪਰ ਸਿੰਕ ਹੈਗਾ ਇਹ, ਆਪਾਂ ਨੂੰ ਪਤਾ ਨਹੀਂ ਵੀ ਇਹ ਕੀ ਚੀਜ਼ ਆ। ਅਤੇ 1 key reset ਆ ਇਹਦੇ ਵਿੱਚ ਨਾ, ਏਅਰਪੋਰਟਸ ਦੇ ਉੱਤੇ ਇੱਕ ਛੋਟੀ ਜਿਹੀ ਕੀ ਬਣੀ ਆ ਗੋਲ ਦੀ, ਜੇ ਆਪਾਂ ਉਹਨੂੰ ਦਬਾਵਾਂਗੇ ਕਲਿੱਕ ਕਰਾਂਗੇ ਅਤੇ ਉਹਦੇ ਵਿੱਚ ਆਪਾਂ ਇਹਨੂੰ ਰੀਸੈਟ ਵੀ ਕਰ ਸਕਦੇ ਹਾਂ। ਸੋ ਦੋਸਤੋ ਆਹ ਵਾਲਾ ਬਟਨ ਆ ਇਹਦਾ, ਇਹਨੂੰ ਕਹਿੰਦੇ ਆ ਜੀ 1 key reset। ਇਹਨੂੰ ਦਬਾ, ਮੰਨ ਲਓ ਜੇ ਤੁਹਾਡੇ ਏਅਰਪੋਰਟਸ 'ਤੇ ਕੱਲ੍ਹ ਨੂੰ ਕੋਈ ਖਰਾਬੀ ਆ ਜਾਂਦੀ ਆ ਤਾਂ ਤੁਸੀਂ ਇਹਨੂੰ ਇਸ ਬਟਨ ਨੂੰ ਦਬਾ ਕੇ ਤਾਂ ਤੁਸੀਂ ਇਹਨੂੰ 1 time ਰੀਸੈਟ ਕਰ ਸਕਦੇ ਆ। ਇੱਕ ਵਾਰੀ ਦਬਾਓਗੇ ਤਾਂ ਇਹ ਰੀਸੈਟ ਹੋ ਜੂਗੇ। ਅਤੇ ਜੇ ਆਪਾਂ ਦੋਸਤੋ ਇਹਦੀ ਬੈਟਰੀ ਦੀ ਗੱਲ ਕਰੀਏ, ਜਿਵੇਂ ਮੈਂ ਪਹਿਲਾਂ ਵੀ ਗੱਲ ਕਰ ਚੁੱਕਾ, ਇਹਦੇ ਵਿੱਚ 300 mAh ਦੀ ਬੈਟਰੀ ਆ। ਜੇ ਉੱਦਾਂ ਤਾਂ ਵੈਸੇ ਜਿਹੜਾ ਆਪਣੇ ਹੈਗਾ ਆ ਪਲੇ ਸਾਊਂਡ, ਇਹਦਾ ਜਿਹੜੇ ਸਾਊਂਡ ਟਾਈਮ ਆ ਸੁਣਨ ਦਾ, ਗਾਣੇ ਸੁਣਨ ਦਾ ਟਾਈਮ ਆ, ਉਹ ਹੈਗਾ 3-4 ਘੰਟੇ। ਬਟ ਜੇ ਇੱਕ ਵਾਰੀ ਆਪਾਂ ਡੱਬੀ ਇਹਨੂੰ ਜਿਹੜੀ ਇਹਦੀ ਜਿਹੜੀ ਹੈਗੀ ਆ ਵਾਲੀ, ਇਹਨੂੰ ਫੁੱਲ ਚਾਰਜ ਕਰ ਲਾਂਗੇ ਇਸ ਬੋਕਸ ਨੂੰ, ਅਤੇ ਉਹ ਤੋਂ ਬਾਅਦ ਇਹ 15-17 ਘੰਟੇ ਦਾ ਆਪਾਂ ਨੂੰ ਬੈਕਅਪ ਦੇ ਜਾਂਦੇ ਆ, ਜੋ ਕਿ ਬੜੀ ਵਧੀਆ ਚੀਜ਼ ਆ ਦੇਖਣ ਵਾਲੀ। ਅਤੇ ਹੁਣ ਆਪਾਂ ਇਹਨੂੰ ਕਨੈਕਟ ਕਰਕੇ ਅਤੇ ਇਹਦੀ ਸਾਊਂਡ ਕੁਆਲਿਟੀ ਸੁਣਦੇ ਹਾਂ ਵੀ ਦੋਸਤੋ ਆਪਾਂ ਆਪਣੇ ਮੋਬਾਈਲ ਦੇ ਨਾਲ ਜਿਹੜੇ ਹੈੱਡਫੋਨਸ ਆ ਇਹ ਕਨੈਕਟ ਕਰ ਰਹੇ ਆ। ਅਤੇ ਜੇ ਆਪਾਂ ਇਨ ਏਅਰ ਐਕਸਪੀਰੀਅੰਸ ਦੀ ਗੱਲ ਕਰੀਏ, ਮਤਲਬ ਇਹਦੀ ਜਿਹੜੀ ਦੇਖਦੇ ਆ ਵੀ ਬਹੁਤ ਮਤਲਬ ਕਾਫੀ ਮੋਟੇ ਆ, ਜਿੱਦਾਂ ਜਿਹੜੀ ਫਿਨਿਸ਼ਿੰਗ ਆ ਉਹ ਕਾਫੀ ਮੋਟੀ ਆ। ਥੋੜ੍ਹੇ ਜਿਹੇ ਪਤਲੇ ਹੁੰਦੇ ਤਾਂ ਹੋਰ ਗੱਲਬਾਤ ਹੁੰਦੀ, ਪਰ ਚਲੋ ਕੋਈ ਗੱਲ ਨਹੀਂ, ਆਪਾਂ ਇਸ ਪ੍ਰਾਈਸ ਪੁਆਇੰਟ 'ਤੇ ਬਹੁਤ ਵਧੀਆ ਚੀਜ਼ ਆ ਇਹ। ਅਤੇ ਹੁਣ ਆਪਾਂ ਤੁਹਾਨੂੰ ਇਹਦੀ ਜਿਹੜੀ ਕਾਲ ਕੁਆਲਿਟੀ ਅਤੇ ਜਿਹੜੀ ਸਾਊਂਡ ਕੁਆਲਿਟੀ ਉਹ ਵੀ ਸੁਣਾਵਾਂਗੇ। ਕਨੈਕਟ ਆਪਾਂ ਕਰ ਚੁੱਕੇ ਹਾਂ ਅਤੇ ਮੈਂ ਇੱਕ ਵਾਰੀ ਗਾਣਾ ਕੋਈ ਪਲੇ ਕਰ ਲਵਾਂ ਅਤੇ ਫਿਰ ਮੈਂ ਤੁਹਾਨੂੰ ਇਹਦੇ ਬਾਰੇ ਸਾਰਾ ਐਕਸਪੀਰੀਅੰਸ ਦੱਸਦਾ ਵੀ ਕਿੱਦਾਂ ਕਿੱਦਾਂ ਦੇ। ਲਓ ਜੀ ਮੂਸੇਵਾਲੇ ਦਾ ਗਾਣਾ ਲਾ ਲੈਂਦੇ ਹਾਂ, ਮੂਸੇਵਾਲੇ ਦਾ ਗਾਣਾ ਕਰਦੇ ਪਲੇ, ਉੱਥੇ ਵਧੀਆ ਲੱਗਣੀ ਆਪਾਂ ਨੂੰ ਕਾਲ ਕੁਆਲਿਟੀ। ਲਓ ਜੀ 295 ਆਪਾਂ ਲਾ ਲਿਆ ਗਾਣਾ, ਹੁਣ ਤੁਹਾਨੂੰ ਦੱਸਦੇ ਜੀ ਕਾਲ ਕੁਆਲਿਟੀ। ਸੋ ਦੋਸਤੋ ਜਿਹੜੀ ਸਾਊਂਡ ਕੁਆਲਿਟੀ ਆ ਉਹ ਤਾਂ ਬਹੁਤ ਵਧੀਆ, ਬੇਸ ਵੀ ਬਹੁਤ ਜ਼ਿਆਦਾ ਵਧੀਆ ਏ। ਮਤਲਬ ਇੱਕ ਇਸ ਪ੍ਰਾਈਸ ਪੁਆਇੰਟ 'ਤੇ ਇੰਨੀ ਵਧੀਆ ਬੇਸ ਆਪਾਂ ਨੂੰ ਸੁਣਨ ਨੂੰ ਮਿਲਦੀ ਪਈ ਆ, ਮੈਨੂੰ ਨਹੀਂ ਲੱਗਦਾ ਵੀ ਇਹ ਤੋਂ ਜ਼ਿਆਦਾ ਕੋਈ ਵਧੀਆ ਹੋਰ ਚੀਜ਼ ਹੋ ਸਕਦੀ। ਕਿਉਂਕਿ ਇੱਕ ਤਾਂ ਆਪਣੇ ਬਜਟ ਦੇ ਵਿੱਚ ਆਉਂਦੇ ਆ, ਅਤੇ ਜਿਹੜੇ ਜਿਨ੍ਹਾਂ ਦਾ ਬਜਟ ਮੰਨ ਲਓ 1000-1500 ਦੇ ਵਿੱਚ ਆ, ਉਹ ਇਸ ਏਅਰਪੋਰਟਸ ਨੂੰ ਮੈਂ ਜ਼ਰੂਰ ਰਿਕਮੈਂਡ ਕਰੂੰਗਾ ਵੀ ਉਹ ਲੈ ਸਕਦੇ ਆ। ਦੇਖੋ ਹੁਣ ਮੈਂ ਜਿੱਦਾਂ ਹੱਥ ਵਿੱਚ ਫੜਿਆ ਅਤੇ ਉਹ ਮਤਲਬ ਟੈਪ ਹੁੰਦਾ ਪਿਆ ਅਤੇ ਉੱਥੋਂ ਮੈਨੂੰ ਸਾਊਂਡ ਸੁਣਦੀ ਪਈ ਆ, ਕਿਉਂਕਿ ਇਹਦੇ ਵਿੱਚ ਫੁੱਲ ਟੱਚ ਕੰਟਰੋਲ ਆ। ਅਤੇ ਜਿਹੜੀ ਸਾਊਂਡ ਦੀ ਆਪਾਂ ਕ੍ਰਿਸਪ ਦੀ ਗੱਲ ਕਰੀਏ, ਬਹੁਤ ਕ੍ਰਿਸਪ ਸਾਊਂਡ ਆ, ਮਤਲਬ ਵਧੀਆ ਕਲੀਅਰ ਸਾਊਂਡ ਤੁਹਾਨੂੰ ਸੁਣਨ ਨੂੰ ਮਿਲੂਗੀ। ਅਤੇ ਕਾਲਿੰਗ ਕੁਆਲਿਟੀ ਆਪਾਂ ਤੁਹਾਨੂੰ ਬਾਅਦ ਵਿੱਚ ਦੁਬਾਰਾ ਇੱਕ ਪੂਰਾ ਇਹਦਾ ਟੈਸਟਿੰਗ ਲੈ ਕੇ ਆਵਾਂਗੇ, ਹੁਣ 2-4 ਦਿਨ ਯੂਜ਼ ਕਰ ਲਈਏ, ਫਿਰ ਇਹਦੀ ਇੱਕ ਟੈਸਟਿੰਗ ਵੀਡੀਓ ਲੈ ਕੇ ਆਵਾਂਗੇ ਵੀ ਕੀ ਇਹਦੇ ਵਿੱਚ ਮਤਲਬ ਪ੍ਰੋਸ ਆ, ਕੀ ਇਹਦੇ ਕੌਨਸ ਆ। ਅਤੇ ਇਹ ਸੀਗੀ ਜੀ ਆਪਣੀ ਇਹ ਛੋਟੀ ਜਿਹੀ ਅਨਬੋਕਸਿੰਗ। ਜੇ ਤੁਹਾਨੂੰ ਸਾਡੀ ਅਨਬੋਕਸਿੰਗ ਵਧੀਆ ਲੱਗੀ ਹੋਵੇ, ਇਨਫੋਰਮੇਸ਼ਨ ਲੱਗੀ ਹੋਵੇ, ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਸਾਡੀ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ, ਅਤੇ ਇੱਦਾਂ ਹੀ ਸਾਨੂੰ ਮਤਲਬ ਸਪੋਰਟ ਕਰਦੇ ਰਹੋ। ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ।